ਹੈਲੋ ਜੀ, ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਦੀ। ਮੇਰੇ ਵੱਲੋਂ ਜਿੰਨੇ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਹੋ, ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨੀ ਆ, ਬੜੀ ਜ਼ਰੂਰੀ ਗੱਲ ਆ, ਪਿਆਰ ਵਾਲੀ ਗੱਲ ਆ। ਅੱਜ ਤੋਂ ਬਹੁਤ ਦੇਰ ਪਹਿਲਾਂ ਮੈਂ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਹਦੇ ਵਿੱਚ ਇੱਕ ਬਾਬਾ ਜੀ ਸੀਗੇ ਜਿਹੜੇ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੀਆਂ ਉਹਨਾਂ ਦੇ ਨਾਲ ਮੁਲਾਕਾਤ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸੀ। ਅਤੇ ਮੈਂ ਲਿਖ ਕੇ ਸਾਂਝਾ ਕੀਤਾ ਸੀ ਕਿ ਕੌਣ ਨੇ ਇਹ ਬਾਬਾ ਜੀ ਜਿਹੜੇ ਸਾਈਂ ਜੀ ਦੀਆਂ ਗੱਲਾਂ ਕਰ ਰਹੇ ਨੇ, ਵੀ ਤੁਸੀਂ ਵੀ ਸੁਣੋ। ਅਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਹੈ ਕਿ ਉਹ ਬਾਬਾ ਜੀ ਕੌਣ ਨੇ, ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ ਕੌਣ ਨੇ। ਮੈਨੂੰ ਕਮੈਂਟਸ ਦੇ ਰਾਹੀਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਦੱਸਿਆ। ਸੋ ਉਹ ਬਾਬਾ ਜੀ ਨੇ 108 ਸੰਤ ਬਾਬਾ ਸ਼ਾਮ ਦਾਸ ਜੀ ਨਵੇਂ ਸ਼ਹਿਰ ਬੰਗਿਆਂ ਦੇ ਕੋਲ ਮਹਿਲ ਗੇਲਾ ਪਿੰਡ ਆ, ਉੱਥੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਹ ਸੇਵਾ ਕਰਦੇ ਨੇ, ਉਹਨਾਂ ਦੇ ਸੇਵਾਦਾਰ ਨੇ, ਫਕੀਰ ਨੇ। ਸੋ ਜਿਹੜੇ ਨਹੀਂ ਸੀ ਜਾਣਦੇ ਉਹ ਜ਼ਰੂਰ ਕਮੈਂਟਸ ਕਰਕੇ ਦੱਸਿਓ। ਅਤੇ ਇਹਨਾਂ ਬਾਬਾ ਜੀ ਦਾ ਪਿਆਰ ਜਿਹੜਾ ਹੈ ਨਾ, ਸਾਈ ਉਮਰੇ ਸ਼ਾਹ ਸਰਕਾਰ ਮੰਡਾਲੀ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਇਹਨਾਂ ਨਾਲ ਬੜਾ ਪਿਆਰ ਆ। ਦਾਤਾ ਅਲੀ ਅਹਿਮਦ ਸਰਕਾਰ ਜੀ ਦੇ ਦਰਬਾਰ ਦੇ ਵਿੱਚੋਂ ਕਿੰਨੇ ਸਿੰਪਲ ਸ਼ਾਂਤ ਸੁਭਾਅ ਦੇ ਨੇ, ਕਿੰਨੇ ਵਧੀਆ ਤਰੀਕੇ ਨਾਲ ਇਹ ਗੱਲਾਂ ਕਰਦੇ ਨੇ। ਤੁਸੀਂ ਜੇ ਨਹੀਂ ਸੁਣੀ ਇਹਨਾਂ ਦੀ ਵੀਡੀਓ ਤਾਂ ਜ਼ਰੂਰ ਮੇਰੇ ਚੈਨਲ ਦੇ ਉੱਤੇ ਹੀ ਹੋਏਗੀ, ਤੁਸੀਂ ਜ਼ਰੂਰ ਸੁਣਿਓ। ਜਿਹੜੀਆਂ ਇਹਨਾਂ ਨੇ ਆਪਣੀਆਂ ਮੁਲਾਕਾਤ ਦੀਆਂ ਗੱਲਾਂ ਸਾਈਂ ਜੀ ਦੇ ਨਾਲ ਸਾਂਝੀਆਂ ਕੀਤੀਆਂ ਸੀ, ਸੁਣ ਕੇ ਦੇਖਿਓ, ਤੁਹਾਨੂੰ ਸੁਣ ਕੇ ਵੀ ਬੜਾ ਆਨੰਦ ਆਊਗਾ। ਅਤੇ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਨੇ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਜੈ ਸਾਈਂ ਜੀ।